ਬਿੱਲੇ ਨੂੰ ਬੋਲ, ਮੈਂ ਕਰਦਾ ਹੁਣ। ਹੈਲੋ ਬਿੱਲੇ, ਕਿੱਥੇ ਰਹਿ ਗਏ ਯਾਰ? ਹੈਲੋ, ਤੈਨੂੰ ਕਿੰਨੀ ਵਾਰੀ ਕਿਹਾ ਜਦੋਂ ਇੱਧਰ ਨਹੀਂ ਗੱਲ ਕਰਨੀ ਹੁੰਦੀ ਮੈਸੇਜ ਕਰਿਆ ਕਰੋ ਯਾਰ। ਕੀ ਗੱਲ ਆ ਯਾਰ ਅੱਜ? ਬਸ ਆ ਜਾ ਤੂੰ ਯਾਰ। ਆਵਾਂ ਕਿਵੇਂ? ਇਹਨੇ ਆਉਣ ਨਹੀਂ ਦੇਣਾ, ਕੋਈ ਬਹਾਨਾ ਦੱਸੋ ਯਾਰ। ਹਮਾਰੇ ਸਾਥ ਇੱਕ ਵਾਰ ਫਿਰ ਸੇ ਗੁਰਵਿੰਦਰ ਮਗਰ ਬਾਈ, ਜਿਹਨਾਂ ਦੀ ਹਾਈਟ ਸਾਡੀ ਬਰਾਬਰ ਆ ਦੋਨਾਂ ਦੀ, ਸ਼ਿਵਜੋਤ ਬਿਰਾ ਬਾਈ, ਬਹੁਤ ਘੈਂਟ ਗਾਣੇ ਲਿਖਦਾ ਯਾਰ। ਚਲੋ ਜੀ, ਫੋਨ ਤਾਂ ਇਹਨਾਂ ਨੇ ਲੈ ਲਿਆ, ਪਰ ਇਹਨਾਂ ਨੇ ਹਰ ਜਗ੍ਹਾ ਇਹੀ ਕਿਹਾ ਕਿ ਜਦੋਂ ਇਹਨਾਂ ਦਾ ਗਾਣਾ ਆਇਆ ਨਾ ਮੇਰੇ ਯਾਰ, ਭੂਤ ਭੰਗੜੇ ਪੈਣਗੇ। ਸੋ ਅਸੀਂ ਪੈ ਦੇਖਦੇ ਹਾਂ ਵੀ ਭੂਤ ਭੰਗੜਾ ਹੁੰਦਾ ਕੀ ਹੈ। ਦਿਖਾਈਏ ਆਪਣਾ ਗਾਣਾ, ਲਾ ਲਈਏ ਆਪਾਂ, ਲਗਾ ਦਿਓ ਭਾਜੀ, ਤੁਸੀਂ ਗਾ ਹੀ ਦਿਓ ਨਾ। ਦਾ ਮੈਨੂੰ ਫੋਨ ਲੱਗੇ ਆ ਇਕੱਠੇ ਹੋ, ਨੀ ਆ ਗਿਆ ਯਾਰਾਂ ਦਾ ਮੈਨੂੰ ਫੋਨ ਲੱਗੇ ਆ ਇਕੱਠੇ ਹੋ, ਮੇਰੇ ਨਾਂ ਦਾ ਪੈਗੀ ਅੱਡ ਰੱਖ ਕੇ ਸਨੈਪ ਸਟੋਰੀਆਂ ਪਾਈ ਜਾਂਦੇ ਆ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ, ਤੇਰੇ ਕੋਲ ਦੇਖੋ ਯਾਰਾਂ ਦੋਸਤਾਂ ਲਈ ਕੁਛ ਨਾ ਕੁਛ ਡੈਡੀਕੇਟ ਕਰਨਾ ਚਾਹੀਦਾ, ਤੇ ਗਾਣਾ ਬਹੁਤ ਵਧੀਆ ਸੀਗਾ, ਤੇ ਸਾਨੂੰ ਜੀ ਸੀਜ਼ਨਲੀ ਸੌਂਗ ਹੈ ਵੀ ਹੁਣ ਨਾ ਰਿਲੀਜ਼ ਕੀਤਾ ਫਿਰ ਫਾਇਦਾ ਕੀ, ਗਾਣਿਆਂ ਦਾ ਹੁਣ ਵਿਆਹ ਵਾਲਾ ਸੀਜ਼ਨ ਚੱਲਦਾ ਤੇ ਭੂਤ ਭੰਗੜੇ ਜੇ ਨਾ ਪਏ ਫਿਰ ਫਾਇਦਾ ਜੀ ਨਹੀਂ ਲੱਗਣਾ ਨਹੀਂ ਹੁਣ ਮੇਰੇ, ਤੇਰੇ ਕੋਲ ਜੀ ਨਹੀਂ ਲੱਗਣਾ। ਇਹਨਾਂ ਨੇ ਵੀਡੀਓ ਬਣਾਇਆ, ਬਹੁਤ ਕੋਸਟਲੀ ਵੀਡੀਓ ਬਣਾਇਆ, ਵਾਈਟ ਹਿਲ ਨੇ ਬਹੁਤ ਪੈਸੇ ਲਾਏ ਨੇ ਇਸ ਗਾਣੇ ਦੇ ਉੱਤੇ, ਠੀਕ ਹੈ ਜੀ। ਐਕਚੁਅਲੀ ਵਾਈਟ ਹਿਲ ਵਾਲੇ ਬਹੁਤ ਪੈਸੇ ਲਾਉਂਦੇ ਨੇ ਵੀਡੀਓਸ ਤੇ, ਤਾਂ ਕਰਕੇ ਇਹਨਾਂ ਦੇ ਵੀਡੀਓ ਔਰ ਫਿਲਮਸ ਜਿਹੜੀਆਂ ਹੁੰਦੀਆਂ ਨੇ ਉਹ ਸਭ ਤੋਂ ਅਲੱਗ ਹੁੰਦੀਆਂ। ਮੈਂ ਕੁਲਵਿੰਦਰ ਬਿੱਲਾ, ਬਹੁਤ ਬਹੁਤ ਮੁਬਾਰਕਾਂ ਜੀ ਬਿਗ ਐਫ ਐਮ 92.7 ਬਿਗ ਐਫ ਐਮ ਚੰਡੀਗੜ੍ਹ, ਇਸ ਵਾਰ ਕੁੜੀਆਂ ਦੀ ਲੋਹੜੀ ਮਨਾਉਣੇ ਦੀ, ਬਹੁਤ ਵਧੀਆ ਗੱਲ ਹੈ ਜੀ ਕਿ ਕੁੜੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ। ਹੁੰਦਾ ਵੀ ਜ਼ਿਆਦਾਤਰ ਮੈਂ 700 ਵੀਡੀਓ ਹੁੰਦੇ ਨੇ ਮੇਰੇ, ਹੈ ਨਾ, ਇੱਕ ਨਦਾਂ ਦਾ ਇੱਦਾਂ ਦਾ ਵੀ ਸੀਗਾ ਅਤੇ ਮੈਂ ਇਹਨੂੰ ਆਖਿਆ ਮਾਂ ਵੀ ਸਾਡੇ ਡਾਕਟਰ ਸਾਹਿਬ ਨੂੰ, ਮਾਂ ਵੀ ਇਹਨਾਂ ਦੇ ਪਹਿਲਾਂ ਕੱਪੜੇ ਪੂਰੇ ਪਾ ਕੇ ਲੈ ਕੇ ਆਓ ਯਾਰ, ਮਸ਼ੀਨ ਸੀਗਾ ਉਹ ਮੇਰੇ ਕੋਲ, ਇੱਕ ਪੈਗ ਲੈ ਕੇ ਆਉਂਦੇ ਨੇ ਅਤੇ ਮੈਨੂੰ ਕੋਈ ਨਹੀਂ ਕੋਲ, ਅਤੇ ਮੈਂ ਉਹ ਜਾਣਾ ਤਾਂ ਮੈਂ ਉਹਦੇ ਨੇੜੇ ਸੀ, ਪਰ ਮੈਂ ਉਹ ਮੇਰੇ ਨੇੜੇ ਆ ਵੀ ਮੈਂ ਦੂਰ ਦੂਰ ਜਾਵਾਂ ਉਹਦੇ। ਹਿੰਦੀ ਗਾਣਾ ਚੁਣਨਾ ਤਾਂ ਕਿਉਂਕਿ ਹਿੰਦੀ ਫੇਵਰੇਟ ਗਾਣਾ ਕਿਹੜਾ? ਹਾਂ ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਯਾਰ। ਮੈਨੂੰ ਘਰੇ ਬੈਠੇ ਨੂੰ ਬਿਸਕੀ ਵਾਲੇ ਕੀੜੇ ਖਾਈ ਜਾਂਦੇ ਆ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ। ਸ਼ੁਭਕਾਮਨਾਵਾਂ ਨੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਗਲੀ ਮੁਲਾਕਾਤ ਫਿਰ ਹੋਏਗੀ ਨਵੇਂ ਗਾਣੇ ਦਾ। ਥੈਂਕ ਯੂ, ਥੈਂਕ ਯੂ। ਹੁਣ ਤੱਕ ਤਾਂ ਤੀਜਾ ਚੌਥਾ ਲਾ ਲਿਆ ਹੋਣਾ ਏ, ਪੱਗ ਸਿਰਾਂ ਤੇ ਰੱਖ ਕੇ ਭੰਗੜਾ ਪਾ ਲਿਆ ਹੋਣਾ ਏ, ਅੰਗਰੇਜ਼ੀ ਵਾਲੀ ਮੈਡਮ ਲਾ ਕੇ ਹੇਕਾ ਲਾਈ ਜਾਂਦੇ ਆ, ਤੇਰੇ ਹੁਣ ਤੱਕ ਤਾਂ। ਸਤਿ ਸ਼੍ਰੀ ਅਕਾਲ।
ਵਾਈਟ ਹਿੱਲ ਸਟੂਡੀਓ ਤੋਂ ਮੈਂ ਗੁਰਮੁਖ ਗਿੰਨੀ ਅਤੇ ਮੈਨੂੰ ਫਖਰ ਹੋ ਰਿਹਾ, ਫਖਰ ਮਹਿਸੂਸ ਹੋ ਰਿਹਾ ਅਤੇ ਹੋਣਾ ਵੀ ਚਾਹੀਦਾ ਕਿਉਂਕਿ ਮੈਂ ਅੱਜ ਬੈਠਾ ਪੰਜਾਬੀ ਗਾਇਕ ਦੇ ਹਸਤਾਖਰ ਤੋਂ ਕੁਲਵਿੰਦਰ ਬਿੰਦਾ ਭਰਾ ਗਿੰਨੀ ਅਸੀਂ ਯੂਨੀਵਰਸਿਟੀ 'ਚ ਇਕੱਠੇ ਰਹੇ ਜੀ, ਥੀਏਟਰ ਦੀ ਐਮ ਏ ਕਰਦਾ ਸੀਗਾ ਅਤੇ ਮੈਂ ਮਿਊਜ਼ਿਕ ਕੋਈ ਕਿਸੇ ਨਾ ਕਿਸੇ ਪ੍ਰੋਜੈਕਟ ਤੇ ਹੁੰਦਾ ਨਾ ਤੁਹਾਨੂੰ ਪਤਾ ਲੱਗ ਜਾਂਦਾ ਜੀ ਪੋਜ਼ਿਟਿਵ ਰਿਜ਼ਲਟ ਆ ਜਾਂਦੇ ਨੇ, ਗਾਣਾ ਵਧੀਆ ਨਿਕਲੂਗਾ ਤੇ ਸਾਲ ਦੇ ਮੈਨੂੰ ਲੱਗਦਾ ਇਸ ਗਾਣੇ ਦੇ ਵਿੱਚ ਮਿਲ ਜਾਂਦੇ ਨੇ ਲਾਈ ਜਾਂਦੇ ਆ ਤੇਰੇ ਕੋਲ ਜੀ ਨਹੀਂ ਲੱਗਣਾ ਨਹੀਂ ਹੁਣ ਮੇਰੇ